तुम ईद किसे ना कहूं हो तेरे इश्क नचाया कर थैया कर थैया 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 कर थैया 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 सारी मधुशाला पियाया एक पल में सदिया जी आया मैं पियाया मैं खुशी सराहां दी ਤੁਸੀਂ ਦੇਖ ਰਹੇ ਹੋ ਕਿ ਅਚਿੰਨੀਆਂ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਮੈਂ ਅੱਜ ਸ਼ਾਮ ਦੇ ਟਾਈਮ ਤੇ ਕਿੱਥੋਂ ਪਹੁੰਚੀ ਹੋਈ ਆਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਮਾਹੌਲ ਦਿਖਾ ਦੇਣੇ ਆ ਅੱਜ ਜੀ ਚੰਡੀਗੜ੍ਹ ਦੇ ਵਿੱਚ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦਾ ਲਾਈਵ ਸ਼ੋਅ ਤੇ ਉਹਨਾਂ ਦੇ ਸ਼ੋਅ ਦਾ ਆਨੰਦ ਮਾਣਨ ਦੇ ਲਈ ਨਾ ਅੱਜ ਉਹਦੇ ਫੈਨਸ ਇੱਥੇ ਪਹੁੰਚੇ ਹੋਏ ਨੇ ਸੋ ਅਸੀਂ ਵੀ ਚੰਡੀਗੜ੍ਹ ਪਹੁੰਚ ਗਏ ਆ ਲਾਈਵ ਸ਼ੋਅ ਦੇ ਉੱਤੇ ਤੇ ਗੱਲ ਕਰਦੇ ਆ ਜਿੱਥੋਂ ਆਪਾਂ ਅੱਜ ਲੋਕ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਤੁਹਾਡੇ ਕੋਲੋਂ ਜਾਣਦੇ ਕਿੰਨੇ ਕਿ ਐਕਸਾਈਟਡ ਆ ਤੇ ਕਿਹੜੇ ਕਿਹੜੇ ਅੱਜ ਜਿਹੜੇ ਗਾਣੇ ਆ ਉਹ ਸੁਣਨਾ ਚਾਹੁੰਦੇ ਨੇ ਤੇ ਨਾਲ ਦੀ ਨਾਲ ਅੱਜ ਨਾ ਬਹੁਤ ਐਂਟਰਟੇਨਮੈਂਟ ਹੋਣ ਵਾਲਾ ਹੈ ਕਿਉਂਕਿ ਅਸੀਂ ਲਾਈਵ ਇੰਜੋਏ ਕਰਾਂਗੇ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਗਾਣੇ ਸੋ ਬਿਨਾਂ ਦੇਰ ਕੀਤੇ ਥੋੜ੍ਹਾ ਜਿਹਾ ਬਾਹਰ ਚੱਲਦੇ ਹਾਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਹਮੇਸ਼ਾ ਹੀ ਅਲੱਗ ਅਲੱਗ ਲੋਕਾਂ ਨੂੰ ਫੜਿਆ ਤਾਂ ਬਹੁਤ ਵਾਰ ਆ ਪਰ ਅੱਜ ਜਿਹੜੇ ਇੱਥੇ ਲੋਕ ਪਹੁੰਚੇ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਕੋਲ ਪੁੱਛਦੇ ਆ ਕਿ ਕਿੰਨਾ ਕੁ ਜ਼ਿਆਦਾ ਜਿਹੜੇ ਲੋਕ ਨੇ ਐਕਸਾਈਟਡ ਨੇ ਤੇ ਅੱਜ ਇੱਥੇ ਪਹੁੰਚੇ ਹੋਏ ਨੇ ਉਹਦੇ ਬਹੁਤ ਸਾਰੇ ਸਾਨੂੰ ਉਹਦੇ ਫੈਨਸ ਜਿਹੜੇ ਨੇ ਉਹੀ ਮਿਲ ਜਾਣਗੇ ਸੋ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਈ ਕਿੰਨੇ ਐਕਸਾਈਟਡ ਹੋ ਐਜ਼ ਅ ਸ਼ੋਅ ਦੇ ਲਈ ਬਿਲਕੁਲ ਬਹੁਤ ਐਕਸਾਈਟਡ ਹੈ ਜੀ ਹਮਾਰੇ ਬਚਪਨ ਕੇ ਸਟਾਰ ਆ ਰਹੇ ਹੈ ਬਿਲਕੁਲ ਉਨਕੇ ਕਨਸਰਟ ਅਟੈਂਡ ਕਰ ਰਹੇ ਬਿਲਕੁਲ ਐਕਸਾਈਟਡ ਹੈ ਜੀ ਸਾਰੇ ਫਰੈਂਡਸ ਹੋ ਹਾਂ ਜੀ ਮੇਰੇ ਰਿਲੇਟਿਵਸ ਹੈ ਹਮ ਸਾਰੇ ਆਏ ਹੈ ਇੰਜੋਏ ਕਰਨੇ ਆਏ ਹੈ ਅਸੀਂ ਕਿੰਨੇ ਪਲਾਨ ਕੀਤਾ ਸੀ ਕਿ ਜਾਣਾ ਜਾਣਾ ਹੈ ਆ ਪਲਾਨ ਤਾਂ ਥਾ ਐਕਚੁਅਲੀ ਮੈਂ ਜੰਮੂ ਸੇ ਆਇਆ ਹਾਂ ਤਾਂ ਹਾਂ ਜੀ ਸਪੈਸ਼ਲੀ ਆਏ ਹੋ ਸਪੈਸ਼ਲੀ ਨਹੀਂ ਕੰਮ ਵੀ ਥਾ ਔਰ ਸਪੈਸ਼ਲੀ ਅਟੈਂਡ ਕਰਨੇ ਵੀ ਆ ਗਏ ਬਸ ਜੀ ਤਾਂ ਇਹ ਮਾਹੌਲ ਬਣ ਗਿਆ ਯਹਾਂ ਪੇ ਆ ਗਏ ਬਸ ਕਿਹੜੇ ਗਾਣੇ ਤੁਹਾਨੂੰ ਸੁਖਵਿੰਦਰ ਸਿੰਘ ਦੇ ਬਹੁਤ ਪਸੰਦ ਨੇ ਕੋਈ ਤੁਹਾਡੇ ਮਨ ਕੇ ਸਭ ਦਾ ਫੇਵਰਿਟ ਅਚਲ ਛਈਆਂ ਛਈਆਂ ਤੋਂ ਨੈਕਸਟ ਲੈਵਲ ਹੈ ਬਸ ਹਮ ਤਾਂ ਵੋਈ ਸੁਣ ਕੇ ਬੜੇ ਹੋਏ ਆ ਵੈਸੇ ਹੀ ਗਾਣੇ ਸੁਣ ਕੇ ਬੜੇ ਹੋਏ ਆ ਹੈਗਾ ਕਿ ਅੱਗੇ ਜਾ ਕੇ ਜਿਵੇਂ ਆਪਾਂ ਫੈਨਸ ਚਿਲਾਉਂਦੇ ਹੁੰਦੇ ਜ਼ੋਰ ਜ਼ੋਰ ਦੀ ਇਹ ਗਾਣਾ ਸੁਣਨੇ ਕੁਝ ਫਰਮਾਇਸ਼ ਕਰੋ ਆਪਾਂ ਗੱਲਾਂ ਹੋਰ ਵੀ ਕਰਾਂਗੇ ਬਿਲਕੁਲ ਜੀ ਸਰ ਜੀ ਆਏਗੇ ਹਮ ਕੁਝ ਵੀ ਫਰਮਾਇਸ਼ ਕਰਾਂਗੇ ਉਨਸੇ ਮੈਨੂੰ ਦੇਖ ਕੇ ਦੌੜ ਹੀ ਗਏ ਤੁਸੀਂ ਆ ਜਾਓ ਤੁਸੀਂ ਮੈਨੂੰ ਦੇਖ ਕੇ ਦੌੜ ਹੀ ਗਏ ਨਹੀਂ 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 ਬਾਤ ਮੈਂ ਤੁਹਾਡੇ ਜੇ ਕਰ ਲੈ ਹਾਂਜੀ ਹਾਂਜੀ ਬੋਲੀ ਕਿੰਨੇ ਐਕਸਾਈਟਡ ਆ ਜੇ ਨਹੀਂ ਬਹੁਤ ਜ਼ਿਆਦਾ ਐਕਸਾਈਟਡ ਹੈ ਸੁਖਵਿੰਦਰ ਜੀ ਆਏ ਦੇ ਆ ਤੇ ਹੁਣ ਇੰਜੋਏ ਕਰਾਂਗੇ ਸਾਰੇ ਮਿਲੀਏ ਹਾਂਜੀ ਅੱਛਾ ਕੋਈ ਲੈ ਕੇ ਨਹੀਂ ਪਰਿਵਾਰ ਵਿੱਚ ਨਹੀਂ ਬਸ ਮੁੰਡੇ ਮੁੰਡੇ ਆ ਗਏ ਮੁੰਡਿਆਂ ਦਾ ਕੰਮ ਹੈ ਇਸ ਵੇਲੇ ਕੁੜੀਆਂ ਮੁੰਡੇ ਮੁੰਡਿਆਂ ਦਾ ਕੰਮ ਹੈ ਇਸ ਵੇਲੇ ਲਾੜੀ ਲਈ ਇਹ ਕੀ ਕਰ ਰਹੀ ਹੈ ਕੁੜੀਆਂ ਦਾ ਕੰਮ ਕਿਉਂ ਨੇ ਕੁੜੀਆਂ ਇੰਜੋਏ ਨਹੀਂ ਕਰ ਸਕਦੀਆਂ ਕੁੜੀ ਆਪਣੀ ਸਹੇਲੀ ਲਈ ਆਈ ਹੈ ਕੁੜੀ ਆਪਣੀ ਸਹੇਲੀ ਲਈ ਆਈ ਹੈ ਬਹੁਤ ਜ਼ਿਆਦਾ ਆਵਾਜ਼ ਬਲ ਸੁਣ ਨਹੀਂ ਜੀ ਜੀ ਮੈਂ ਕਹਿ ਰਹਾ ਹਾਂ ਲੜੀ ਉਹ ਆਪਣੀ ਸਹੇਲੀਆਂ ਲੈ ਕੇ ਆ ਜਾਏ ਆਮ ਆਪਣੇ ਦੋਸਤ ਲੈ ਕੇ ਆ ਰਹੇ ਆ ਕਰੋ ਤੁਸੀਂ ਇੰਜੋਏ ਅਸੀਂ ਵੀ ਆਜੋ ਜੀ ਤੁਹਾਨੂੰ ਥੋੜਾ ਅੱਗੇ ਲੈ ਕੇ ਚੱਲਦੇ ਆ ਆਪਾਂ ਇੱਥੇ ਵੀ ਜਿਹੜੀ ਆ ਨਾ ਉਹ ਗੱਲ ਕਰਾਂਗੇ ਕਿਉਂਕਿ ਤੁਹਾਨੂੰ ਮਾਹੌਲ ਦਿਖਾਈਏ ਪੂਰਾ ਜਿਹੜਾ ਇਸ ਟਾਈਮ ਤੇ ਆ ਅਸੀਂ ਇੱਥੇ ਗਰਾਊਂਡ ਦੇ ਵਿੱਚ ਮੌਜੂਦ ਆ ਸੁਖਵਿੰਦਰ ਸਿੰਘ ਦਾ ਲਾਈਵ ਸ਼ੋਅ ਜਿਹੜਾ ਆ ਅੱਜ ਜੋ ਇੱਥੇ ਹੋਣ ਜਾ ਰਿਹਾ ਹੈ ਬਹੁਤ ਸਾਰੇ ਉਹਦੇ ਫੈਨਸ ਪਹੁੰਚੇ ਹੋਏ ਆ ਇੱਥੇ ਗੱਲ ਕਰ ਲੈਂਦੇ ਆ ਜਤਿਨ ਮਚਾਨੇ ਥੋੜਾ ਜਿਹਾ ਇੱਧਰ ਲੈ ਆਓ ਮੈਨੂੰ ਲੱਗਦਾ ਥੋੜੀ ਜੀ ਜਿਹੜੀ ਆਵਾਜ਼ 'ਚੋਂ ਪ੍ਰੋਬਲਮ ਆ ਰਹੀ ਹੋਏਗੀ ਹੈਲੋ ਕੀ ਨਾਮ ਹੈ ਜੀ ਦਿਵੇਸ਼ ਤਿਵਾਰੀ ਇਹ ਕਿੰਨੇ ਐਕਸਾਈਟਡ ਹੋ ਅੱਜ ਦੇ ਸ਼ੋਅ ਦੇ ਲਈ ਥਾਂ ਹੁਣ ਮੇਰੀ ਚੁੱਕੀ ਹੈ ਅਬ ਤੋਂ ਵੈਸੇ ਸੁਪਰਵਾਈਜ਼ਿੰਗ ਕਰਨੇ ਆਇਆ ਮਾਰਾ ਕੰਮ ਹੈ ਕ੍ਰਿਊ ਵਾਲੇ ਹਾਂ दो सुने जय हो और वो आज आजा दिल नहीं छोड़े वो मस्त लगते हैं वो मस्त लगते हैं जी आज फरमाइश देखते हैं अगर आगे जाएंगे तो करेंगे जरूर नाचेंगे भी ਆਪਾਂ ਇੱਧਰ ਦੇਖੇ ਬਹੁਤ ਸਾਰੇ ਲੋਕ ਆ ਵੀ ਰਹੇ ਆ ਤੇ ਆਪਾਂ ਇਹਨਾਂ ਦੇ ਨਾਲ ਵੀ ਗੱਲ ਕਰ ਲੈਂਦੇ ਆ ਤੇ ਆਪਾਂ ਕੋਸ਼ਿਸ਼ ਕਰ ਰਹੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਜਿਹੜੀ ਆ ਉਹ ਗੱਲ ਕਰੀਏ ਹੈਲੋ ਜੀ ਕਿੰਨੇ ਐਕਸਾਈਟਡ ਹੋ ਸਰ ਅੱਜ ਦੇ ਸ਼ੋਅ ਲਈ ਅੱਜ ਹਮ ਬਹੁਤ ਐਕਸਾਈਟਡ ਹੈ ਥਿਸ ਇਜ਼ ਮਾਈ ਫਰਸਟ ਟਾਈਮ ਕਿਸੇ ਵੀ ਕਨਸਰਟ ਮੇ ਅੱਛਾ ਦੋਨੋਂ ਆਏ ਹੋ ਨਹੀਂ ਨਹੀਂ ਸਾਥ ਮੇ ਫਰੈਂਡਸ ਵੀ ਆਏ ਹਨ ਫੈਮਿਲੀ ਆਈ ਹੈ ਪੂਰੀ ਕਿੰਨੇ ਪਲਾਨ ਕੀਤਾ ਸੀ ਕਿ ਅੱਜ ਜਾਣਾ ਹੀ ਜਾਣਾ ਸੁਖਵਿੰਦਰ ਸਰ ਸਾਡੇ ਸ਼ਹਿਰ ਆ ਰਿਹਾ ਸੀ ਨਾ ਆਈਏ ਤਾਂ ਹੋ ਹੀ ਨਹੀਂ ਸਕਦਾ ਇੱਕ ਬੰਦਾ ਜਿਹੜਾ ਪਲੈਨਿੰਗ ਸਟਾਰਟ ਕਰਦਾ ਜਾਂ ਦੱਸਦਾ ਪੱਕਾ ਜਾਣਾ ਉਹ ਕੌਣ ਸੀ ਸਾਰਿਆਂ ਵਿੱਚ
ਜਿੱਦਣ ਸਾਡੇ ਕੋਲ ਪਹਿਲੀ ਫੋਟੋ ਆਈ ਈਵੈਂਟ ਦੀ ਅਸੀਂ ਉਦਣ ਹੀ ਪਲਾਨ ਕਰ ਲਿਆ ਸੀ ਕਿ ਸੁਖਵਿੰਦਰ ਸਰ ਦੇ ਸ਼ੋਅ 'ਚ ਜਾਣਾ ਹੀ ਜਾਣਾ। ਠੀਕ ਹੈ, ਅੱਛਾ ਫਿਰ ਅੱਜ ਕਿਹੜੇ ਕਿਹੜੇ ਗਾਣੇ ਸੁਣਨਾ ਚਾਹੁੰਦੇ ਹੋ ਸੁਖਵਿੰਦਰ ਸਰ? ਪਹਿਲਾਂ ਮੈਂ ਤੇਰੇ ਨਾਮ ਦਾ ਜੋਗੀਆ ਮੇਰਾ ਫੇਵਰੇਟ ਸੌਂਗ ਹੈ, ਉਹਦੇ ਕਰਕੇ ਮੈਂ ਇੱਥੇ ਆਇਆ। ਤੁਸੀਂ ਤੁਹਾਡੀ ਕੋਈ ਫੇਵਰੇਟ ਫਰਮਾਇਸ਼ ਜੋ ਤੁਸੀਂ ਸੁਖਵਿੰਦਰ ਸਰ ਕੋਲੋਂ ਸੁਣਨਾ ਚਾਹੁੰਦੇ ਹੋ? ਜੋ ਮਰਜ਼ੀ ਕੋਈ ਵੀ ਚੱਲੇ, ਹਰ ਗਾਣਾ ਪਸੰਦ। ਹਾਂਜੀ, ਤੁਸੀਂ ਕਰੋ ਇੰਜੋਏ, ਇੱਥੇ ਗੱਲ ਕਰ ਲੈਂਦੇ ਹਾਂ। ਹੈਲੋ ਜੀ, ਕੀ ਨਾਮ ਹੈ? ਮੇਰਾ ਨਾਮ ਟੀਨਾ ਹੈ। ਕਿੰਨੇ ਕੁ ਐਕਸਾਈਟਡ ਆ ਇਸ ਸ਼ੋਅ ਦੇ ਲਈ? ਇਟਸ ਓਕੇ, ਵੀ ਵਾਂਟ ਟੂ ਸੀ ਓਨਲੀ ਸੁਖਵਿੰਦਰ ਸਿੰਘ। ਓਕੇ ਯਾਰ, ਇੱਕ ਗਾਣਾ ਜਿਹੜਾ ਤੁਹਾਨੂੰ ਤਾਂ ਬਹੁਤ ਪਸੰਦ, ਰੱਬਾ ਰੱਬਾ ਮੀ ਵਸਣਾ, ਦੈਟ ਇਜ਼ ਗੁੱਡ ਵਨ। ਅਗਰ ਤੁਹਾਨੂੰ ਫਰਮਾਇਸ਼ ਕਰਨ ਦਾ ਮੌਕਾ ਮਿਲੇ ਤਾਂ ਕਿਹੜਾ ਗਾਣਾ ਉਹਨਾਂ ਨੂੰ ਕਹੋਗੇ ਕਿ ਹਾਂ ਸੁਣੋ? ਸੋ ਓਨਲੀ ਵਨ, ਦ ਰੱਬਾ ਰੱਬਾ ਮੀ ਵਸਣਾ। ਸੋ ਪੂਰੀ ਫੈਮਿਲੀ? ਹਾਂ, ਬੇਟਾ ਬੇਟਾ, ਕੀ ਕਮਾਲ ਹੈ, ਪੂਰੀ ਫੈਮਿਲੀ ਨਾਲ। ਵੀ ਆਲ ਆਰ ਸੁਖਵਿੰਦਰ ਸਿੰਘ ਫੈਨ, ਸੋ ਵੀ ਆਰ ਗੋਇੰਗ ਟੂ ਇੰਜੋਏ ਹੋਪਫੁਲੀ। ਘਰ ਵਿੱਚ ਕਿੰਨੇ ਕੁ ਗਾਣੇ ਸੁਣਦੇ ਹੋ ਸੁਖਵਿੰਦਰ ਸਰ? ਯਾਰ, ਵੀ ਸਪੋਟੀਫਾਈ ਹਿਮ, ਲਿਟਰਲੀ ਵੀ ਸਪੋਟੀਫਾਈ ਹਿਮ। ਪਹਿਲਾਂ ਕਿੰਨੇ ਪਲਾਨ ਕੀਤਾ ਸੀ ਕਿ ਜਾਣਾ ਹੈ? ਸਭ ਤੋਂ ਪਹਿਲਾਂ ਕਿਹਦਾ ਪਲਾਨ ਬਣਿਆ ਸੀ? ਜੋ ਵੀ ਟੇਕਿੰਗ ਦਾ ਇਨੀਸ਼ੀਏਟਿਵ। ਆਈ ਐਮ ਅ ਬਿਗ ਫੈਨ ਆਫ ਸੁਖਵਿੰਦਰ ਸਿੰਘ, ਸੋ ਦੈਨ ਆਈ ਟਾਕ ਟੂ ਮਾਈ ਵਾਈਫ ਕਿ ਵੀ ਸ਼ੁੱਡ ਗੋ, ਸੋ ਦੈਨ ਸ਼ੀ ਐਗਰੀਡ ਐਂਡ ਵੀ ਆਲ ਆਰ ਹੇਅਰ ਨਾਊ। ਪੂਰਾ ਸ਼ੋਅ ਇੰਜੋਏ ਕਰਕੇ ਜਾਓ। ਜੀ ਜੀ ਜੀ, ਫੁੱਲ ਮਿਲਦੇ ਹਾਂ ਜੀ। ਆਪਾਂ ਤੁਹਾਨੂੰ ਹੋਰ ਥੋੜਾ ਦਿਖਾ ਦਿੰਦੇ ਆ, ਇੱਥੇ ਗੱਲ ਕਰ ਲੈਂਦੇ ਆ। ਹੈਲੋ ਸਰ, ਹਾਈ, ਗੁੱਡ ਇਵਨਿੰਗ। ਕਿੰਨੇ ਕੁ ਐਕਸਾਈਟਡ ਹੋ ਸਰ ਅੱਜ ਦੇ ਸ਼ੋਅ ਦੇ ਲਈ? ਹਾਂ, ਮੈਂ ਹਿੰਦੀ ਇੰਗਲਿਸ਼ ਵਿੱਚ ਬੋਲ ਸਕਦਾ ਹਾਂ, ਪੰਜਾਬੀ ਨਹੀਂ ਬੋਲ ਸਕਦਾ। ਹਾਂ ਨਹੀਂ, ਕਾਫੀ ਐਕਸਾਈਟਡ ਹੋ, ਔਰ ਸੁਖਵਿੰਦਰ ਸਿੰਘ ਇਜ਼ ਫੁੱਲ ਆਫ ਐਨਰਜੀ, ਸੋ ਆਈ ਐਮ ਗੋਇੰਗ ਲੁਕਿੰਗ ਫਾਰਵਰਡ ਫਾਰ ਅ ਵੈਰੀ ਨਾਈਸ ਸ਼ੋਅ। ਜੋਸ਼ ਮਿਲੇਗਾ? ਹਾਂਜੀ ਹਾਂਜੀ, ਮਾਹੌਲ ਬਣੇਗਾ। ਹਾਂਜੀ, ਇਕੱਲੇ ਆਏ ਹੋ? ਹਾਂ, ਇਕੱਲੇ ਆਏ ਹਾਂ, ਕਿ ਮੈਂ ਘਰ ਵਿੱਚ ਕੁਝ ਗੈਸਟ ਆਏ ਹੋਏ। ਗੈਸਟ ਕੋ ਲੈ ਕੇ ਆਤੇ ਨਾ ਅਕੇਲੇ? ਕਿਉਂ ਨਹੀਂ, ਉਹ ਅਭੀ ਆ ਰਹੇ ਹੈ, ਲੋਕ ਅੰਮ੍ਰਿਤਸਰ ਸੇ ਲੋਕ ਪਹੁੰਚ ਰਹੇ ਹੈ। ਅੱਛਾ, ਠੀਕ ਹੈ, ਵਾਈਫ ਕੋ ਘਰ ਪੇ ਛੋੜ ਦਿਆ? ਹਾਂਜੀ, ਇਹ ਗਲਤ ਕੀਆ ਆਪਨੇ? ਕੋਈ ਬਾਤ ਨਹੀਂ, ਇਹ ਆਪਨੇ ਮੌਕਾ ਸੰਭਾਲ ਲਿਆ ਅਕੇਲੇ। ਅਗਲੇ ਵਾਰ ਸਕੂਲ ਲੈ ਕੇ ਆਵਾਂਗਾ। ਅਗੇ ਪ੍ਰੋਗਰਾਮ ਚੱਲ ਜਾਏਗਾ ਟੀਵੀ ਪੇ, ਉਨਕੋ ਪਤਾ ਹੈ ਪ੍ਰੋਗਰਾਮ ਅਟੈਂਡ ਕਰਨੇ ਆਏ ਹੋ? ਹਾਂ ਹਾਂ, ਉਨਕੋ ਪਤਾ, ਉਨਕੋ ਪਤਾ। ਬੜੇ ਅੱਛੇ ਭਈ, ਅਕੇਲੇ ਜਾਣੇ ਦੀ ਅਭੀ ਵੀ। ਹਾਂਜੀ, ਚਲੋ, ਥੈਂਕ ਯੂ, ਥੈਂਕਸ, ਇੰਜੋਏ ਕਰੀਏ ਜੀ। ਹੈਲੋ ਜੀ, ਕਿੰਨੇ ਐਕਸਾਈਟਡ ਹੋ ਅੱਜ ਦੇ ਸ਼ੋਅ ਲਈ? ਐਕਸਾਈਟਡ ਹਾਂ, ਤਾਂ ਹੀ ਆਇਆ ਜੀ। ਕੌਣ ਕੌਣ ਆਇਆ ਪਰਿਵਾਰ? ਹਸਬੈਂਡ, ਪੂਰੀ ਫੈਮਿਲੀ ਆਈ? ਨਹੀਂ, ਮੈਂ ਤੇ ਮੇਰੇ ਹਸਬੈਂਡ। ਰਾਈਟ ਸਰ, ਕਿੰਨੀ ਕੁ ਤਿਆਰੀ ਖਿੱਚੀ ਹੋਈ ਅੱਜ ਕਿ ਹਾਂ ਪੂਰੀਆਂ ਰੌਣਕਾਂ ਲੱਗਣ ਵਾਲੀ? ਬਹੁਤ ਐਕਸਾਈਟਡ ਆ ਜੀ, ਬਹੁਤ ਜ਼ਿਆਦਾ ਐਕਸਾਈਟਡ ਆ ਸੁਖੀ ਸਾਹਿਬ ਨੂੰ ਦੇਖਣ ਵਾਸਤੇ। ਹਾਂਜੀ, ਤਾਂ ਮੌਕਾ ਮਿਲਿਆ ਸੀ, ਆ ਗਏ। ਪਹਿਲਾਂ ਵੀ ਕਦੇ ਮਿਲੇ ਹੋ ਜਾਂ ਦੇਖਿਆ ਲਾਈਵ ਸ਼ੋਅ? ਨਹੀਂ, ਫਸਟ ਟਾਈਮ ਲਾਈਵ ਸ਼ੋਅ ਦੇਖ ਰਿਹਾ ਸੀ। ਇਸ ਵਾਰ ਚੰਡੀਗੜ੍ਹ 'ਚ ਇਹ ਲਾਈਵ ਸ਼ੋਅ ਬਿਲਕੁਲ ਨਹੀਂ ਮਿਸ ਹੋਊਗਾ। ਵੈਸੇ ਲਾਈਵ ਸ਼ੋਅ ਇੱਥੇ ਹੋਰ ਚੰਡੀਗੜ੍ਹ ਬਹੁਤ ਹੁੰਦੇ ਰਹਿੰਦੇ ਨੇ, ਪਰ ਸੁਖਵਿੰਦਰ ਜੀ ਦਾ ਪਹਿਲੀ ਵਾਰ ਦੇਖਣ ਆਇਆ। ਇੱਕ ਗਾਣਾ ਜਿਹੜਾ ਬੜਾ ਤੁਹਾਡਾ ਮਨਪਸੰਦ, ਬੜਾ ਫੇਵਰੇਟ ਆ ਸੁਖਵਿੰਦਰ ਸਰ ਜੀ, ਕਰੋ ਇੰਜੋਏ। ਸੋ ਇੱਥੇ ਗੱਲ ਕਰ ਲੈਂਦੇ ਹਾਂ ਜੀ ਇਸ ਸਾਈਡ ਤੇ। ਹੈਲੋ ਜੀ, ਕੀ ਨਾਮ ਹੈ? ਆਪਾਂ ਅੱਗੇ ਚੱਲਦੇ ਆ, ਆ ਜਾਓ। ਹੈਲੋ ਸਰ। ਹੈਲੋ ਜੀ, ਇੱਕ ਐਕਸਾਈਟਮੈਂਟ ਹੈ ਸਰ ਅੱਜ ਦੇ ਸ਼ੋਅ ਦੀ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਅੱਛਾ, ਹੋਰ ਕੌਣ ਆਇਆ ਪਰਿਵਾਰ 'ਚ? ਪਰਿਵਾਰ ਆਪਣਾ ਭਤੀਜਾ ਜੀ ਨਾਲ। ਅੱਛਾ, ਉਹਨੇ ਕਿਸ ਨੂੰ ਲੈ ਕੇ ਆਏ? ਹੋਰ ਨਾਲ ਹੈਗੇ ਨੇ, ਅੱਗੇ ਫੈਮਿਲੀ ਮੈਂਬਰ ਚਲੇ ਗਏ ਆਲਰੇਡੀ। ਅੱਛਾ, ਮੈਂ ਕਿਹਾ ਸ਼ਾਇਦ ਇਕੱਲੇ ਇਕੱਲੇ ਆ ਗਏ। ਨਹੀਂ ਨਹੀਂ ਨਹੀਂ, ਫੈਮਿਲੀ ਮੈਂਬਰ ਆ ਗਏ ਨੇ। ਤੇ ਕਿੰਨਾ ਕੁ ਅੱਜ ਹੈ ਕਿ ਇੰਜੋਏ ਕਰਨਾ, ਕਿਉਂਕਿ ਜੇ ਪ੍ਰੋਗਰਾਮ ਸ਼ੁਰੂ ਹੋਣਾ ਅਸੀਂ ਦੇਖ ਰਹੇ ਰੌਣਕਾਂ ਲੱਗ ਰਹੀਆਂ ਨੇ, ਬਹੁਤ ਸਾਰੇ ਉਹਦੇ ਫੈਨਸ ਜਿਹੜੇ ਨੇ ਪਹੁੰਚ ਰਹੇ ਨੇ, ਕਿਵੇਂ ਤਾਂ ਫੀਲਿੰਗਸ, ਕਿੰਨੀ ਕੁ ਐਕਸਾਈਟਮੈਂਟ ਚੱਲ ਰਹੀ ਆ? ਫੀਲਿੰਗ ਇਹ ਦੇਖੋ, ਤੁਸੀਂ ਬਾਲੀਵੁੱਡ ਦੇ ਬਹੁਤ ਵੱਡੇ ਸਿੰਗਰ ਨੇ ਸੁਖਵਿੰਦਰ ਜੀ, ਹੈ ਨਾ, ਤਾਂ ਜਦੋਂ ਰੰਗ ਜਮਾਣਗੇ ਤਾਂ ਪੂਰਾ ਜਮਾਣਗੇ। ਅੱਛਾ, ਕੋਈ ਇੱਕ ਗਾਣਾ ਅਗਰ ਤੁਹਾਨੂੰ ਫਰਮਾਇਸ਼ ਕਰਨ ਦਾ ਮੌਕਾ ਮਿਲਦਾ ਕੀ ਸੁਣਨਾ ਚਾਹੋ? ਚਲ ਛਈਆਂ ਛਈਆਂ। ਅੱਛਾ, ਜਾ ਰਹੇ ਹੋ ਅੱਗੇ? ਹਾਂਜੀ ਹਾਂਜੀ, ਬਿਲਕੁਲ। ਭੰਗੜੇ ਪਾਓਗੇ? ਪੂਰੇ ਪੂਰੇ ਜੀ। ਪੱਕੀ ਗੱਲ ਆ? ਦਬਾ ਕੇ ਦਬਾ ਕੇ। ਠੀਕ ਹੈ, ਭਤੀਜਾ ਵੀ ਪਾਏਗਾ ਨਾਲ? ਭਤੀਜਾ ਪੂਰਾ ਪਾਊਗਾ, ਪੂਰਾ ਹੀ ਪੂਰਾ। ਤੁਸੀਂ ਦੱਸੋ, ਸੋ ਲਾਈਵ ਸ਼ੋਅਸ ਦੇ ਵਿੱਚ ਆਪਾਂ ਜਦੋਂ ਆਪਣੇ ਬਹੁਤ ਸਾਰੇ ਨਿਕਲ ਗਏ ਵਿੱਚ ਆਉਂਦੀ, ਚਲੋ ਕੋਈ ਗੱਲ ਨਹੀਂ, ਬਹੁਤ ਘੱਟ ਮੌਕੇ ਮਿਲਦੇ ਆ ਕੁਛ ਆਪਣੇ ਫੇਵਰਟ ਸੈਲੀਬ੍ਰਿਟੀਜ਼ ਨੂੰ ਮਿਲਣ ਦਾ, ਪਰ ਜਦੋਂ ਇੱਦਾਂ ਮਿਲਣ ਦਾ, ਸਾਹਮਣੇ ਦੇਖਣ ਦਾ ਮੌਕਾ ਮਿਲਦਾ, ਕਿੰਨੀ ਐਕਸਾਈਟਮੈਂਟ ਹੋ ਜਾਂਦੀ? ਬੜੀ ਐਕਸਾਈਟਮੈਂਟ ਹੈ ਜੀ ਸਾਨੂੰ, ਤਾਂ ਹੀ ਆਏ ਅਸੀਂ। ਬਾਕੀ ਚਾਚਾ ਜੀ ਹੈਗੇ? ਕਿੰਨੇ ਦਿਨਾਂ ਤੋਂ ਪਲੈਨਿੰਗ ਸ਼ੁਰੂ ਹੋ ਗਈ? 10 ਦਿਨ ਪਹਿਲਾਂ ਹੀ ਪਲੈਨਿੰਗ ਕਰ ਲਈ ਸੀਗੀ, ਉਦੋਂ ਹੀ ਪਾਸ ਲੈ ਲਈ ਸੀ ਆਪਾਂ ਨੇ। ਬਿਲਕੁਲ, ਫਿਰ ਟਾਈਮ ਕੱਢਣਾ ਅੱਜ ਦੇ ਟਾਈਮ ਤਾਂ ਬੜਾ ਔਖਾ ਹੁੰਦਾ ਆ, ਫਿਰ ਅੱਜ ਦਾ ਟਾਈਮ ਕਿਵੇਂ ਖਾਲੀ ਰੱਖੇ ਕਿ ਨਹੀਂ? ਸ਼ਾਮ ਦੇ ਟਾਈਮ ਤਾਂ ਕੋਈ ਪਲੈਨਿੰਗ ਨਹੀਂ, ਜਦੋਂ ਇੱਕ ਮਹਾਨ ਹਸਤੀ ਆਵੇ ਤਾਂ ਟਾਈਮ ਤਾਂ ਕੱਢਣਾ ਹੀ ਪੈਣਾ। ਦੇਖੋ, ਬਿਲਕੁਲ ਭੰਗੜੇ ਪੈਣੇ, ਬਿਲਕੁਲ ਪੂਰੇ। ਚਲੋ ਜੀ, ਕਰੋ ਤੁਸੀਂ ਇੰਜੋਏ। ਆਜੋ ਜੀ, ਆਪਾਂ ਇੱਥੇ ਥੋੜੀ ਗੱਲ ਕਰ ਲੈਂਦੇ ਆ। ਹੈਲੋ ਜੀ, ਹਾਏ, ਕੀ ਨਾਮ ਹੈ? ਸ਼ਾਮਿਲ। ਓਕੇ, ਕਿੰਨੇ ਐਕਸਾਈਟਡ ਹੋ ਅੱਜ ਸ਼ਾਮ ਦੇ ਲਈ? ਹਾਂਜੀ, ਕਿੰਨੇ ਐਕਸਾਈਟਡ ਹੋ ਅੱਜ ਦੀ ਸ਼ਾਮ ਦੇ ਲਈ? ਕਾਫੀ ਐਕਸਾਈਟਡ ਹਾਂ, ਕਾਫੀ ਟਾਈਮ ਸੇ ਵੇਟ ਕਰ ਰਹੇ ਥੇ, ਕਬ ਆਏ?
हाँ जी। कौन कौन आया? मेरे अम्मा है साथ में। अम्मा तो बैठ के बेचारे अम्मा कहते एक्चुअली जल्दी आ गए थे इसलिए थोड़ा सा। कितने में पहुंच गए? ਅਸੀਂ 5:30 ਐਗਜ਼ੈਕਟ ਪਹੁੰਚ ਗਏ ਸੀ। ਮੈਂ ਦੱਸਾਂ 5:30 ਦਾ ਐਗਜ਼ੈਕਟ ਟਾਈਮ ਸੀ ਅੱਜ। ਇਹ ਸਭ ਤੋਂ ਵੱਡੇ ਫੈਨ ਆ ਪੂਰੇ ਐਗਜ਼ੈਕਟ 5:30 ਕਿਉਂਕਿ ਅਸੀਂ ਦੂਰਦਰਸ਼ਨ 'ਚ ਇਹਨਾਂ ਨੂੰ ਦੇਖਿਆ ਹੋਇਆ, ਬਹੁਤ ਵਾਰ ਦੇਖਿਆ ਹੋਇਆ। ਬਿਲਕੁਲ ਛੋਟੇ ਸੀ ਜਦੋਂ ਮੈਂ 6-7 ਸਾਲ ਦੀ ਸੀ, ਮੈਂ ਉਦੋਂ ਸੁਖਵਿੰਦਰ ਦੇਖ ਰਿਹਾ ਔਰ ਮੇਰਾ ਡ੍ਰੀਮ ਸੀ ਮੈਂ ਉਹਨਾਂ ਨੂੰ ਦੇਖਾਂ, ਉਹਨਾਂ ਨੂੰ ਲਾਈਵ ਸੁਣਾ। ਤਾਂ ਇਸ ਕਰਕੇ ਮੈਂ ਆਈ ਹਾਂ 5:30 ਐਗਜ਼ੈਕਟ। ਕੋਈ ਵੀ ਨਹੀਂ ਸੀ ਇੱਥੇ ਜਿੱਥੇ ਮੈਂ ਪਹੁੰਚੀ ਹੈਗੀ ਹਾਂ। ਸਭ ਤੋਂ ਪਹਿਲੇ ਫੈਨ ਕਹਿ ਸਕਦੇ, ਫੈਨ ਆਫ ਸੁਖਵਿੰਦਰ। ਮੈਂ ਕੋਈ ਗਾਣਾ ਨਹੀਂ ਇਸਕਾ ਛੋੜਾ, ਕੋਈ ਵੀ ਨਹੀਂ। थैंक यू। फिर कोई गाना गुनगुना के सुना? ऐसे तो कुछ नहीं है, ऐसे तो बहुत सुनते हो, बहुत सुनते हो। ये छैया छैया इनका बहुत पसंद है गाना, और जो बहुत जो लंबी ट्यून में गाते हैं वो बहुत पसंद है मेरे को। तो वो अपनी ओल्ड मेमोरीज बहुत ज्यादा है जब दूरदर्शन पे आते थे। दूरदर्शन वाले की मेमोरी शेयर करना। बहुत हमारे हम ऐसे विंटर्स होती थी, एक ही क्विल्ट में एक ही रजाई में मम्मा पापा के साथ बैठ के सुखविंदर को सुनते थे, और एक ही हारमोनियम और तबले के साथ ये करते थे। बड़ा मजा आता था। बस वही ओल्ड मेमोरीज मेरे दिमाग में थी अपना पुराना समा, इसलिए मैं आई हूँ। एग्जैक्ट 5:30 में पहुँच गई थी, और लेकिन मैं टायर्ड होगी इसलिए चेयर ले रही है। मैं बैठ सकती हूँ क्योंकि ये चीज़ होती है मोस्टली, क्योंकि 5:30 का टाइम से हर थोड़े से टाइम तक लेट हो जाएगा, आधा घंटा कुछ, बट तुम वेट कर रहे हो पेशेंस में। बहुत वधिया चीज़ है, बहुत इंतजार पूरे लोग आए थे पहुँच। हाँ बिल्कुल बिल्कुल। मम्मा के कोलो किन्ना का सुनिया है सुखविंदर सिंह बारे? ऑलमोस्ट हर बारी, मतलब जब भी कोई सिंगर की बात होती है सुखविंदर की बात हो जाती है। की बात होती है बिल्कुल। आज कह सकने तो हाँ बिल्कुल, बिल्कुल बिल्कुल बहुत ज्यादा बहुत ज्यादा। मेरे को था नहीं, मैंने ओरिजिनल सुनना है उनको, ओरिजिनल। अच्छा। जैसे मर्जी भंगड़ा पाओगे आज? बिल्कुल पावांगे, जाना नहीं ना बिल्कुल। नहीं नहीं नहीं, मैं तो लास्ट तक बाय बाय करके जाऊंगी। किस दिन प्लानिंग कर ली सी कि जाना है? जिस तरह अभी आया था मेरे फेसबुक पे आया था, मैंने बेटे को बोला कि आपने जल्दी से सबसे पहले करवानी, मिस नहीं होना चाहिए ये ना, सबसे पहले करवानी है। और मैंने देखना ही देखना बाय हुक और बाय क्रुक। अच्छा और भी कोई आया? मेरा बेटा वो अपने पैक में है, वो वहाँ पे कुछ कर रहा है, उसका भी कंसर्न है, तो वो भी वो बेटा करेगा। इंजॉय करो क्योंकि थोड़ा जा टाइम बस मिला था, इंतजार करना पड़ेगा सानू सब नु, पर रौनका लगन वाला। इतनी उम्र में मतलब इतने साल किता है, 35 साल किता हूं देखने वास्ते, 10-15 मिनट की कोई गल नहीं है। और बिल्कुल मेनू चीज दिख रही है तुम्हारी जेड़ा हुंदा है ना, किसी को अडोर कर दे, एडमायर कर दे किसी बंदे नु, ता ओ चीज मेनू भी याद है। आज ब्लैक एंड व्हाइट से भी देखा है, कलर से भी देखा है, असी छोटे हुंदे से बस मैं लाइव देखना, आज लाइव देखना बस, ये मेरी एक गोल्डन मेमोरी है वाली है ना। ये मेमोरीज बड़ी स्पेशल रहेंगी यस, हमेशा हमेशा रहेंगे। मैनू लगता है कि मैं तो रो पवांगी जो आएंगे सामने मेरे ना। सो जाते बट रोना नहीं है, भंगड़ा पाना है जम। बिल्कुल 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 पावांगे, बिल्कुल सुर नाल सुर मिलावांगे उन्होंने नाल। थैंक यू। सो सुर नाल सुर मिलाने लिए उनके फैंस तैयार ने, अखा भी नम हो रही ने, इमोशनल भी हो रहा है, जिन्होंने बचपन तो देखते आए नहीं टीवी के उपर, अज उन्होंने लाइव स्टेज से देखने का जो सब मौका मिलेगा। सो मैं एक बार रिक्वेस्ट करेंगी जो तुम पूरा कैमरा कमा के दिखा दो इतने, क्योंकि आप देखिए तो बहुत सारे जो फैनस आ वो पहुंचे हुए ने, बड़े दूरों दूरों जो लोग ने आए हुए ने, हर कोई जरा इतने अज लाइव सुखविंदर सिंह के शो न इंजॉय करना चाहते हैं। सो आप लोगों के नाल गल कर रहे हैं, उन्होंने को जान रहे हैं कि अच कि एक्साइटमेंट आ, किवें प्लैनिंग की सी, किन्ने दिन पहला ही उन्होंने ये चीज़ सैट करके रख ली सी कि बई जाना ही जाना है।